ਹੋਰ ਪੂਨਮ ਕਿੱਦਾਂ? ਠੀਕ ਆ? ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਹੋਰ ਵਧੀਆ, ਤੁਸੀਂ ਸੁਣਾਓ? ਸੁੱਤੀ? ਮੈਂ ਤੇ ਕਾਫੀ ਟਾਈਮ ਦੀ ਆਈ ਆ, ਤੂੰ ਬੜਾ ਸੁੱਤੀ। ਮੈਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਕਦੋਂ ਆਏ। ਅੱਛਾ, ਮੈਂ ਕਹਿਣ ਡਈ ਸੀ ਮੰਮੀ ਤੇਰੇ ਨੂੰ, ਮੈਂ ਕਿਹਾ ਜੇ ਉੱਠੀ ਨਹੀਂ ਆ ਪੂਨਮ ਕਦੇ ਦੀ ਸੁੱਤੀ। ਮੈਂ ਲੇਟ ਹੀ ਸੁੱਤੀ ਸੀ, ਅੱਛਾ ਬੜੀ ਅੱਖ ਲੱਗ ਗਈ ਲੰਮੇ ਪਏ ਪਏ, ਪਤਾ ਨਹੀਂ ਲੱਗਿਆ ਸੇ ਕਰਕੇ। ਹੋਰ ਨਿੱਕੀ ਜੀ ਠੀਕ ਆ? ਹਾਂ ਠੀਕ ਆ। ਮੈਂ ਆਈ ਸੀ ਕਾਫੀ ਟਾਈਮ ਦੀ, ਮੈਂ ਕਿਹਾ ਜਾਵਾਂ, ਹੁਣ ਰੋਣ ਡਈ ਹੋਣੀ ਆ ਘਰ ਤੇ, ਮੈਂ ਕਿਹਾ ਚੱਲ ਹੁਣ ਤੂੰ ਉੱਠੀ, ਮੈਂ ਕਿਹਾ ਚੱਲ ਇਹਨੂੰ ਵੀ ਮਿਲਣਾ, ਪੁੱਛਣਾ ਹਾਲ ਚਾਲ। ਲਿਆਵਾਂ ਚਾਹ ਪਾਣੀ ਬਣਾ ਕੇ? ਨਹੀਂ, ਚਾਹ ਪਾਣੀ ਪੀ ਲਿਆ ਸੀ, ਬਣਾਇਆ ਸੀ ਕਵਲ ਨੇ ਚਾਹ ਤੇ ਪੀ ਲਈਏ, ਮੈਂ ਤੇ ਚੱਲੀ ਹਾਂ ਮੈਂ ਹੁਣ। ਠੀਕ ਆ, ਬਹਿ ਜਾਓ। ਨਹੀਂ ਨਹੀਂ ਚੱਲਾ, ਮੈਂ ਕਿਹਾ ਚੱਲ ਹੁਣ ਤੂੰ ਵੀ ਉੱਠੀ ਆ ਤੇ ਚੱਲ ਮਿਲਣਾ ਤੈਨੂੰ ਵੀ। ਨੋ ਤੁਹਾਡੀ ਠੀਕ ਆ? ਹਾਂ ਠੀਕ ਆ। ਆਂਟੀ ਦੀਦੀ ਨੂੰ ਲੈ ਆਇਓ ਨਾਲ ਅਗਲੀ ਵਾਰ ਜਦੋਂ ਆਓਗੇ, ਠੀਕ ਆ? ਨਾਲੇ ਮੰਨਤ ਨੂੰ ਵੀ ਲੈ ਆਇਓ, ਮੈਂ ਉਹਦੇ ਨਾਲ ਖੜੇ ਖੜਾ ਲੂੰਗੀ ਉਹਨੂੰ। ਚੱਲ ਕੋਈ ਨੀ, ਲਿਆਵਾਂਗੀ ਮੰਨਤ ਨੂੰ, ਨਾਲੇ ਦੀਦੀ ਨੂੰ ਵੀ ਲਿਆਵਾਂਗੀ। ਤੂੰ ਕਦੋਂ ਖੁਸ਼ਖਬਰੀ ਸੁਣਾਉਣੀ ਆ? ਲੈ ਦੱਸ ਆਂਟੀ, ਤੂੰ ਵੀ ਚਾਚੀ ਵਾਲੀ ਗੱਲ ਕੀਤੀ ਆ, ਸਵੇਰੇ ਉਹ ਵੀ ਆਏ ਸੀ, ਉਹ ਵੀ ਇਹੋ ਗੱਲ ਪੁੱਛਣ ਡੇ ਸੀ, ਤੇ ਮੈਂ ਤੁਸੀਂ ਵੀ ਇਹੋ ਗੱਲ ਪੁੱਛਣ ਡੇ ਆ ਮੈਨੂੰ। ਮੈਂ ਤੇ ਪੁੱਤ ਤਾਂ ਕਿਹਾ ਵੀ ਜਦੋਂ ਭੈਣ ਜੀ ਵੱਲ ਵੇਂਦੀ ਉਹਦਾ ਮੂੰਹ ਉਤਰਿਆ ਹੁੰਦਾ, ਉਹਨੇ ਤੇ ਅੱਗੇ ਹੱਸਦੀ ਰਹਿੰਦੀ ਜੀ, ਤੇ ਕਿਤੇ ਕਿਤੇ ਘਰ ਉਹਨਾਂ ਨੂੰ ਚਾਅ ਚੜ ਜਾਂਦਾ ਹੁੰਦਾ ਸੀ, ਤੇ ਜਦੋਂ ਤੇਰੇ ਬਾਰੇ ਕਰਦੀ ਉਹਦਾ ਮੂੰਹ ਉਤਰਿਆ ਹੁੰਦਾ ਵਾ, ਤੇ ਮੈਂ ਤੇ ਬਹੁਤ ਚਾਅ ਨਾਲ ਕਹਿੰਦੀ ਕਦੋਂ ਸਾਡੀ ਭੈਣ ਦੇ ਵਿਹੜੇ ਦੇ ਵਿਹੜੇ ਚ ਪੋਤਰੀਆਂ ਪੋਤਰੇ ਖੇਡਣ, ਤੇ ਤੂੰ ਤੇ ਗੁੱਸਾ ਕਰ ਬੈਠੀ ਆ। ਨਹੀਂ ਆਂਟੀ, ਗੁੱਸੇ ਵਾਲੀ ਕੋਈ ਗੱਲ ਨਹੀਂ ਆ, ਮੈਂ ਹੁਣ ਕਿੰਨੀਆਂ ਕੁ ਗੱਲਾਂ ਸੁਣਾ ਲੋਕਾਂ ਦੀਆਂ। ਚੱਲ ਜੇ ਤੈਨੂੰ ਗੁੱਸਾ ਲੱਗਦਾ, ਪੁੱਤ ਨਹੀਂ ਪੁੱਛਦੇ, ਜੇ ਤੈਨੂੰ ਗੁੱਸਾ ਲੱਗਾ ਵਾ ਤੇ ਗਾਂ ਤਾਂ ਨਹੀਂ ਪੁੱਛਾਂਗੇ। ਬਸ ਮੈਂ ਤੇ ਭੈਣ ਕਰਕੇ ਕਿਹਾ ਵੀ ਚੱਲ ਉਹ ਵਿਚਾਰੀ ਇਦਾਂ ਕਦੀ ਕਿਤੇ ਖਲੋਂਦੀ ਵਿਹਲੀ, ਕਦੀ ਕਿਤੇ ਨਿਆਣਾ ਲੈ ਕੇ, ਨਿਆਣੇ ਨਾਲ ਬੱਤੀ ਆਰ ਹੁੰਦੇ ਆ, ਤੇ ਮੈਂ ਤਾਂ ਤੈਨੂੰ ਕਿਹਾ। ਚੱਲ ਮਾਫ ਕਰ ਦੇ ਜੇ ਤੈਨੂੰ ਮੈਂ ਪੁੱਛ ਲਿਆ ਤੇ। ਨਹੀਂ ਨਹੀਂ ਆਂਟੀ, ਮਾਫੀ ਵਾਲੀ ਕੋਈ ਗੱਲ ਨਹੀਂ ਆ, ਮੈਂ ਤੇ ਬਸ ਵੈਸੇ ਹੀ ਕਿਹਾ ਤੁਹਾਨੂੰ। ਠੀਕ ਆ। ਫਿਰ ਪੁੱਤ ਮੈਂ ਚੱਲਦੀ ਆ, ਗੁੱਸਾ ਨਾ ਕਰੀ ਮੇਰੀ ਗੱਲ ਦਾ, ਤੂੰ ਮੇਰੀ ਧੀਆਂ ਵਰਗੀ ਆ, ਮੈਂ ਤਾਂ ਤੈਨੂੰ ਕਿਹਾ ਵਾ ਜੇ ਤੂੰ ਗੁੱਸਾ ਕੀਤਾ ਤੇ ਫਿਰ ਮੈਨੂੰ ਦੱਸ ਦੇ ਹੁਣੇ। ਨਹੀਂ ਨਹੀਂ ਆਂਟੀ ਜੀ, ਗੁੱਸਾ ਨਹੀਂ ਕੀਤਾ ਮੈਂ ਕੋਈ ਵੀ। ਚੱਲ ਠੀਕ ਆ। ਉੱਠ ਪਈ ਕਵਲ? ਮੈਂ ਕਿਹਾ ਮੈਂ ਪੂਨਮ ਨੂੰ ਕਿਹਾ ਸੀ ਕੁਛ ਉਹਦੇ ਬਾਰੇ ਕਿਹਾ ਸੀ ਤੇ ਉਹਨੂੰ ਗੁੱਸਾ ਕਰ ਗਈ ਆ, ਉਹਨੂੰ ਕਹੀਂ ਗੁੱਸਾ ਨਾ ਕਰੇ, ਦੁੱਖ ਲੱਗਦਾ ਤਾਂ ਹੀ ਕਿਹਾ ਸੀ ਮੈਂ। ਚੱਲ ਆਂਟੀ, ਤੁਸੀਂ ਵੀ ਨਹੀਂ ਸੀ ਨਾ ਕਰਨੀ ਗੱਲ, ਤੇ ਮੈਂ ਤੇ ਉਦਾਂ ਹੀ ਕਿਹਾ, ਮੈਂ ਕਿਹਾ ਚੱਲ ਸਾਨੂੰ ਵੀ ਰੀਝ ਆ ਵੀ ਚੱਲ ਸਾਡੀ ਭੈਣ ਦੇ ਘਰ ਵੀ ਪੋਤਰੀਆਂ ਪੋਤਰੇ ਖੇਡਣ, ਮੈਂ ਤੇ ਤਾਂ ਕਿਹਾ ਉਹਨੂੰ ਕਹੀਂ ਗੁੱਸਾ ਨਾ ਕਰੇ, ਮੈਂ ਸਾਨੂੰ ਮੈਨੂੰ ਕਿਹੜੀ ਦੁੱਖੀ ਆ। ਉਹ ਤੇ ਆਂਟੀ ਰੀਝ ਤੇ ਸਾਰਿਆਂ ਨੂੰ ਆਉਂਦੀ, ਸਾਨੂੰ ਕਿਹੜਾ ਘੱਟ ਰੀਝ ਆ, ਪਰ ਤੁਹਾਨੂੰ ਮੈਂ ਅੱਗੇ ਵੀ ਕਿਹਾ ਸੀ ਤੁਸੀਂ ਨਹੀਂ ਨਾ ਗੱਲ ਕਰਨੀ, ਉਹਦੇ ਵਿਚਾਰੀ ਸਵੇਰ ਦੀ ਬੜੀ ਅਰਦਾਸ ਹੋ ਗਈ। ਚੱਲ ਕੋਈ ਨੀ, ਹੁਣ ਉਹਨੂੰ ਕਹਿ ਦੀ ਮੈਂ ਨਾ, ਕੋਈ ਨੀ ਮੈਂ ਸਮਝਾਉਣੀ ਇਹਨੂੰ। ਚੰਗਾ ਠੀਕ ਆ, ਚੰਗਾ ਫਿਰ ਮੈਂ ਚੱਲਦੀ ਆ। ਭਾਬੀ ਤੁਸੀਂ ਆਂਟੀ ਦੀ ਗੱਲ ਤੋਂ ਉਦਾਸ ਨਾ ਹੋਵੋ, ਇੱਦਾਂ ਕਰੋ ਮੰਮੀ ਹੈ ਨਹੀਂ ਆ ਘਰ, ਤੇ ਤੁਸੀਂ ਵੀਰ ਨਾਲ ਗੱਲ ਕਰਨੀ ਆ ਨਾ, ਮੈਂ ਮੰਮੀ ਦਾ ਫੋਨ ਲੈ ਕੇ ਆਉਣੀ ਆ ਤੇ ਤੁਸੀਂ ਗੱਲ ਕਰ ਲਓ ਵੀਰ ਨਾਲ। ਕਰਾ ਦੇ ਕਵਲ ਫੋਨ। ਆਲੋ ਭਾਬੀ, ਨੰਬਰ ਲਾ ਲਓ ਵੀਰ ਦਾ ਤੇ ਕਰ ਲਓ ਗੱਲ, ਮੈਂ ਰਸੋਈ ਚ ਹੋਵਾਂ, ਮੈਨੂੰ ਭੁੱਖ ਬੜੀ ਲੱਗੀ, ਮੈਂ ਰੋਟੀ ਖਾਵਾਂ। ਚੰਗਾ ਕਵਲ।
ਮੂੰਹ ਨਹੀਂ ਚੁੱਕਣ ਦੇ ਸੋਨੂੰ, ਦੋਹਰੇ ਲਾਉਂਦੇ ਆ ਕਰੀ। ਭਾਬੀ ਹੋ ਗਈ ਗੱਲ ਵੀਰ ਨਾਲ? ਨਹੀਂ ਕਵਲ, ਸੋਨੂੰ ਫੋਨ ਹੀ ਨਹੀਂ ਚੁੱਕਣ ਦੇ, ਲੱਗਦਾ ਅਜੇ ਕੰਮ ਤੋਂ ਆਏ ਨਹੀਂ ਆ। ਚੱਲ ਕੋਈ ਗੱਲ ਨਹੀਂ ਭਾਬੀ, ਏਦਾਂ ਕਰੋ ਸਵੇਰੇ ਗੱਲ ਕਰ ਲਿਓ, ਹੁਣ ਮੰਮੀ ਵੀ ਆਉਣ ਵਾਲੀ ਆ, ਫਿਰ ਆਣ ਕੇ ਵੇਖ ਲਿਆ ਨਾ ਫੋਨ ਉਹਨਾਂ ਤੁਹਾਡੇ ਹੱਥ ਵਿੱਚ, ਫਿਰ ਗੁੱਸੇ ਹੋਣਗੇ। ਹਲੇ ਕਵਲ ਰੱਖ ਦੇ ਫਿਰ। ਕੋਈ ਨਹੀਂ ਸਵੇਰੇ ਗੱਲ ਕਰ ਲਿਓ। ਚੱਲ ਮੈਂ ਸ਼ਾਮ ਦਾ ਰੋਟੀ ਪਾਣੀ ਬਣਾ ਲਾਂ। ਮੈਂ ਨਾ ਪੂਨਮ ਨੂੰ ਦੱਸ ਕੇ ਜਾਂਦੀ ਹਾਂ ਵੀ ਮੈਂ ਚੱਲੀ ਹਾਂ ਕਿਤੇ ਕੰਮ। ਪੂਨਮ ਮੈਂ ਜਰਾ ਚੱਲੀ ਹਾਂ ਘਰ ਕਿਸੇ ਤੇ, ਤੇ ਕਵਲ ਗਈ ਆ ਚਾਚੀ ਤੇਰੀ ਦੇ ਘਰ, ਉਹਨੂੰ ਦੱਸ ਦੇਈ ਤੇ ਆਹ ਫੋਨ ਮੈਂ ਲਾ ਚੱਲੀ ਹਾਂ ਚਾਰਜ ਦੇ ਉੱਤੇ, ਤੇ ਫੋਨ ਨਾ ਲਾ ਕੇ ਮਗਰੋਂ ਬੈਠੀਆਂ ਰਹੋ, ਸੁਣ ਗਿਆ ਨਾ? ਠੀਕ ਆ। ਤੇ ਲੋਕ ਤਾਂ ਨੀ, ਮੈਂ ਇਸੇ ਕਰਕੇ ਲੋਕ ਨੀ ਕਿਸੇ ਨੂੰ ਦੱਸ ਕੇ ਜਾਣਾ, ਤੇ ਚਾਰਜ ਤੇ ਲੱਗਾ ਜੇ ਤੇ ਮੈਂ ਆ ਜਾਣਾ ਛੇਤੀ, ਤੇ ਬਾਹਰ ਫਿਰੇ ਤੁਰੇ ਨਾ ਤੇ ਕਵਲ ਨੂੰ ਦੱਸ ਦੀ। ਮੰਮੀ ਮੰਮੀ ਆਏ ਨੀ? ਭਾਬੀ ਕੀ ਕਰਨ ਡੇ ਜੇ? ਮੈਂ ਰਸੋਈ ਸਾਫ ਕਰਨ ਡਈ ਕਵਲ। ਮੰਮੀ ਕਿੱਥੇ ਗਏ? ਮੰਮੀ ਦਿਖਣ ਹੀ ਨਹੀਂ ਡੇ। ਮੰਮੀ ਕਿਸੇ ਦੇ ਘਰ ਗਏ ਆ, ਉਹਨਾਂ ਕਿਹਾ ਅੱਧੇ ਘੰਟੇ ਤੱਕ ਆ ਜਾਣਾ ਉਹਨਾਂ ਨੇ, ਕਵਲ ਨੂੰ ਦੱਸ ਦੇ। ਅੱਛਾ ਭਾਬੀ, ਮੰਮੀ ਫੋਨ ਵੀ ਲੈ ਕੇ ਗਏ ਨਾਲ? ਨਹੀਂ ਕਵਲ, ਫੋਨ ਤੇ ਘਰੇ ਹੀ ਚਾਰਜ ਲੱਗਾ ਵਾ। ਚਲੋ ਫਿਰ ਭਾਬੀ, ਤੁਹਾਡੀ ਮੈਂ ਵੀਰ ਨਾਲ ਗੱਲ ਕਰਾ ਦਿੰਨੀ ਆ। ਪਰ ਕਵਲ, ਮੰਮੀ ਨੇ ਤੇ ਫੋਨ ਤੇ ਲੋਕ ਲਾਇਆ ਵਾ, ਉਹ ਤੇ ਪਤਾ ਵੀ ਨਹੀਂ ਆ ਮੈਨੂੰ, ਨਹੀਂ ਤੇ ਮੈਂ ਆਪ ਹੀ ਬੜੇ ਚਿਰ ਦੀ ਗੱਲ ਕਰਨ ਆਣੀ ਸੀ ਫੋਨ ਲਾ ਕੇ। ਚੱਲ ਕੋਈ ਨੀ ਭਾਬੀ, ਮੈਨੂੰ ਪਤਾ ਹੋਣਾ ਲੋਕ ਦਾ, ਮੈਂ ਚੋਰੀ ਚੋਰੀ ਵੇਖ ਲਿਆ ਸੀ ਮੰਮੀ ਨੂੰ ਲੋਕ ਖੋਲਦਿਆਂ। ਆਜੋ ਮੈਂ ਤੁਹਾਡੀ ਗੱਲ ਕਰਾ ਦਿੰਨੀ ਵੀਰ ਦੇ ਨਾਲ। ਚੱਲ ਠੀਕ ਆ। ਬਸ ਕਵਲ, ਇੱਕ ਦੋ ਭਾਂਡੇ ਰਹਿ ਗਏ ਬਸ ਮਾਂਜਣਾ, ਦੋ ਕੀ ਦੋ ਕੀ ਆ ਬਸ। ਕੰਮ ਛੱਡੋ ਭਾਬੀ, ਪਹਿਲਾਂ ਗੱਲ ਕਰ ਲਓ, ਆਣ ਕੇ ਨਾ ਗੱਲ ਕਰਨ ਤੋਂ ਪਹਿਲਾਂ ਹੀ ਮੰਮੀ ਆ ਜਾਣ। ਆਜੋ ਪਹਿਲਾਂ ਗੱਲ ਕਰ ਲਓ ਤੁਸੀਂ। ਆਲੋ ਭਾਬੀ, ਮੈਨੂੰ ਲੋਕ ਦਾ ਪਤਾ ਸੀ, ਮੈਂ ਚੋਰੀ ਚੋਰੀ ਵੇਖ ਲਿਆ ਮੰਮੀ ਲੋਕ ਖੋਲਦੇ ਆ, ਤੁਸੀਂ ਗੱਲ ਕਰ ਲਓ। ਆਲੋ ਲਾ ਲਓ ਨੰਬਰ। ਭਾਬੀ ਤੁਸੀਂ ਕਰ ਲਓ ਵੀਰ ਨਾਲ ਗੱਲ, ਜਿਹੜਾ ਰਸੋਈ ਦਾ ਕੰਮ ਰਹਿ ਗਿਆ ਨਾ ਉਹ ਮੈਂ ਵੇਖ ਲੈਂਦੀ ਹਾਂ। ਠੀਕ ਆ ਕਵਲ, ਨਾਲੇ ਮੈਂ ਮੰਮੀ ਦਾ ਧਿਆਨ ਰੱਖਦੀ, ਆਣਾ ਜਾਣਾ। ਠੀਕ ਆ। ਮੰਮੀ ਦਾ ਫੋਨ ਆਉਣ ਡਿਆ ਹੈ। ਚੱਲ ਅਭੀ ਵਧੀਆ ਹੋ ਗਿਆ, ਉਹਦਾ ਮੈਂ ਸ਼ਾਮ ਨੂੰ ਆ ਕੇ ਫੋਨ ਕਰਨਾ ਹੈਗਾ। ਹੁਣ ਮੰਮੀ ਨਾਲ ਗੱਲ ਕਰ ਹੀ ਲੈਂਦਾ, ਫਿਰ ਹੀ ਕੰਮ 'ਤੇ ਜਾਂਦਾ। ਹੈਲੋ, ਸਤਿ ਸ਼੍ਰੀ ਅਕਾਲ ਸੋਨੂ। ਅੱਛਾ ਤੂੰ ਆ ਪੂਨਮ, ਮੈਂ ਸੋਚਿਆ ਮੰਮੀ ਨੇ ਲਾਇਆ ਫੋਨ, ਕੱਲ੍ਹ ਵੀ ਤੂੰ ਹੀ ਲਾਇਆ ਸੀਗਾ ਫੋਨ ਸਾਮੀ। ਹਾਂਜੀ
ਮੈਂ ਹੀ ਲਾਇਆ ਸੀ ਫੋਨ ਪਰ ਤੁਸੀਂ ਚੁੱਕਿਆ ਹੀ ਨਹੀਂ। ਮੈਂ ਤੇ ਕੱਲ ਵੀ ਲਾਇਆ ਸੀ ਫੋਨ, ਮੰਮੀ ਨਾਲ ਹੋ ਗਈ ਸੀ ਗੱਲ ਤੇ ਮੰਮੀ ਕਹਿੰਦੀ ਫੋਨ ਕੰਮ ਕਰਨ ਡਈ ਆ। ਨਹੀਂ ਜੀ ਮੈਂ ਤਾਂ ਵਿਹਲੀ ਸੀ ਪਰ ਮੰਮੀ ਨੇ ਨਾ ਗੱਲ ਹੀ ਨਹੀਂ ਕਰਾਈ ਤੁਹਾਡੇ ਨਾਲ, ਉਹ ਵੀ ਜਾਣ ਬੁੱਝ ਕੇ। ਜੋ ਤੁਹਾਡਾ ਫੋਨ ਆਇਆ ਹੈ ਨਾ ਮੈਂ ਵੇਖਣ ਡਈ ਸੀ, ਮੰਮੀ ਤੁਹਾਡੇ ਨਾਲ ਗੱਲ ਕਰਨ ਡਈ ਸੀ ਤੇ ਮੰਮੀ ਨੇ ਵੀ ਵੇਖਿਆ ਸੀ ਮੈਨੂੰ। ਤਾਂ ਕੋਈ ਨਹੀਂ ਮੈਂ ਮੰਮੀ ਨਾਲ ਕਰੂੰਗਾ ਗੱਲ ਤੇ ਤੂੰ ਆਪਣਾ ਹਾਲ ਚਾਲ ਦੱਸ, ਠੀਕ ਠਾਕ ਵਾ? ਤੇ ਕਵਲ ਭੈਣ ਠੀਕ ਠਾਕ ਵਾ? ਤੇ ਮੰਮੀ ਕਿੱਥੇ ਗਏ ਆ? ਹਾਂਜੀ ਸਾਰੇ ਠੀਕ ਆ, ਮੰਮੀ ਕਿਸੇ ਦੇ ਘਰ ਗਏ ਆ, ਤਾਂ ਹੀ ਤੇ ਕਵਲ ਦੀਨ ਨੇ ਫੋਨ ਲਾ ਕੇ ਦਿੱਤਾ ਤੁਹਾਨੂੰ, ਉਹਨਾਂ ਨੇ ਗੱਲ ਕਰਵਾਈ ਆ, ਨਹੀਂ ਤੇ ਮੰਮੀ ਤੇ ਮੈਨੂੰ ਫੋਨ ਦੇ ਲਾਗੇ ਵੀ ਨਹੀਂ ਜਾਣ ਦਿੰਦੇ। ਹੋਰ ਤੇ ਹੋਰ ਮੰਮੀ ਨੇ ਫੋਨ ਤੇ ਲੋਕ ਵੀ ਲਾ ਕੇ ਰੱਖਿਆ ਵਾ, ਉਹ ਵੀ ਨਹੀਂ ਦੱਸਦੇ। ਕੋਈ ਗੱਲ ਨਹੀਂ ਪੂਨਮ, ਹੁਣ ਮੈਂ ਮੰਮੀ ਨਾਲ ਜਦੋਂ ਗੱਲ ਕਰਾਂਗਾ ਨਾ ਮੰਮੀ ਨੂੰ ਕਹੂੰਗਾ ਪੂਨਮ ਭਾਈ ਜਿਹੜਾ ਮਰਜ਼ੀ ਕੰਮ ਕਰਨ ਲਈ ਆ, ਕੋਈ ਨਹੀਂ ਤੁਸੀਂ ਮੇਰੀ ਗੱਲ ਕਰਵਾਓ। ਤੁਹਾਨੂੰ ਤੁਸੀਂ ਕਦੋਂ ਆਉਣਾ ਵਾ? ਕਿਉਂ ਕਮਲੀਏ ਤੇਰਾ ਜੀ ਨਹੀਂ ਲੱਗਦਾ ਇੱਥੇ? ਨਹੀਂ ਸੋਨੂੰ ਉਹ ਗੱਲ ਨਹੀਂ ਆ, ਮੰਮੀ ਨਾਲ ਤੁਹਾਡੇ ਜਾਣ ਮਗਰੋਂ ਨਾ ਮੇਰੇ ਨਾਲ ਬੜਾ ਮਾੜਾ ਸਲੂਕ ਕਰਦੇ ਆ। ਪੂਨਮ ਇਹ ਤੂੰ ਕੀ ਕਹਿਣ ਡਈ ਆ? ਮੰਨਿਆ ਕਿ ਮੰਮੀ ਥੋੜਾ ਜ਼ਿਆਦਾ ਬੋਲਦੇ ਆ ਪਰ ਮੰਮੀ ਇੰਨੇ ਵੀ ਮਾੜੀ ਨਹੀਂ ਆ। ਸੋਨੂੰ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਨਾ ਤੇ ਕਵਲ ਨੂੰ ਪੁੱਛ ਲਓ, ਭਾਵੇਂ ਉਹ ਤੁਹਾਨੂੰ ਦੱਸ ਦੇਗੀ। ਲਿਆ ਗੱਲ ਕਰਵਾ ਮੇਰੀ, ਮੈਂ ਆਪੇ ਹੀ ਪੁੱਛ ਲੈਣਾ ਵਾ। ਕਵਲ ਗੱਲ ਸੁਣੀ ਮੇਰੀ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਆ? ਠੀਕ ਆ ਭੈਣ, ਤੂੰ ਸੁਣਾ ਠੀਕ ਠਾਕ ਵਾ? ਮੰਮੀ ਠੀਕ ਵਾ? ਹਾਂ ਵੀਰੇ ਮੈਂ ਠੀਕ ਆ, ਮੰਮੀ ਵੀ ਠੀਕ ਆ, ਮੰਮੀ ਨੂੰ ਕੀ ਹੋਣਾ, ਮੰਮੀ ਵੀ ਠੀਕ ਆ। ਤੇਰੀ ਭਾਬੀ ਮੈਨੂੰ ਦੱਸਦੀ ਪਈ ਆ ਕਿ ਮੇਰੇ ਜਾਣ ਤੋਂ ਬਾਅਦ ਤੇਰੀ ਭਾਬੀ ਦੇ ਨਾਲ ਮੰਮੀ ਮਾੜਾ ਸਲੂਕ ਕਰਦੇ ਆ ਤੇ ਨਾਲੇ ਫੋਨ ਤੇ ਗੱਲ ਵੀ ਨਹੀਂ ਕਰਵਾਉਂਦੇ। ਹਾਂ ਵੀਰੇ ਭਾਬੀ ਦੀ ਗੱਲ ਤੇ ਠੀਕ ਆ, ਮੰਮੀ ਦੇ ਸੁਭਾਅ ਦਾ ਤੁਹਾਨੂੰ ਤੇ ਪਤਾ ਹੀ ਆ, ਝੱਟ ਕਾਲੇ ਪੈ ਜਾਂਦੇ ਆ। ਵੀਰੇ ਤੂੰ ਨਾ ਇੱਦਾਂ ਕਰ, ਭਾਬੀ ਨੇ ਇੱਕ ਅਲੱਗ ਫੋਨ ਲੈ ਦੇ, ਦਿਨ ਚ ਤੁਹਾਡੇ ਮੈਂ ਇੱਕ ਵਾਰੀ ਗੱਲ ਕਰ ਲਿਆ ਕਰੂ ਨਾ, ਉਹਨਾਂ ਦਾ ਵੀ ਮਨ ਲੱਗਾ ਰਿਹਾ ਕਰੇਗਾ। ਠੀਕ ਆ ਕਮਲ, ਕੋਈ ਗੱਲ ਨਹੀਂ ਮੈਂ ਕਰਦਾ ਵਾ ਮੰਮੀ ਨਾਲ ਗੱਲ। ਹਾਂ ਵੀਰੇ ਮੰਮੀ ਨੂੰ ਨਾ ਪੁੱਛੀ, ਮੰਮੀ ਨੇ ਨਹੀਂ ਲੈ ਕੇ ਦੇਣਾ, ਤੂੰ ਆਪੇ ਲੈ ਦੀ ਵੀਰ, ਮੰਮੀ ਨੇ ਤੇ ਕਦੀ ਵੀ ਨਹੀਂ ਲੈਣ ਦੇਣਾ ਫੋਨ। ਚੱਲ ਕੋਈ ਨਹੀਂ ਮੈਂ ਕਰਦਾ ਵਾ ਕੋਈ ਹੱਲ ਤੇ ਤੂੰ ਇੰਜ ਕਰ ਆਪਣੀ ਭਾਬੀ ਨਾਲ ਗੱਲ ਕਰਵਾ। ਚੱਲ ਚੰਗਾ ਵੀਰੇ, ਧਿਆਨ ਰੱਖੀ ਆਪਣਾ, ਆ ਕਰ ਲਓ ਭਾਬੀ ਨਾਲ ਗੱਲ। ਹਲੋ ਹਲੋ ਗੱਲ ਹਾਂਜੀ। ਚੰਗਾ ਪੂਨਮ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ, ਮੈਂ ਕਰਦਾ ਮੰਮੀ ਨਾਲ ਸ਼ਾਮ ਨੂੰ ਗੱਲ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਫੋਨ ਵੀ ਵੱਖਰਾ ਲੈ ਦਾਂਗਾ। ਤੇ ਚੱਲ ਚੰਗਾ ਫਿਰ, ਮੈਂ ਲੇਟ ਹੋਣ ਡਿਆ ਕੰਮ ਤੋਂ ਤੇ ਮੈਂ ਹੁਣ ਕੰਮ ਤੇ ਜਾਵਾਂ। ਹਾਂਜੀ ਚਲੋ ਠੀਕ ਆ ਫਿਰ,
ਮੰਮੀ ਵੀ ਆਉਣ ਵਾਲੇ ਆ। ਚੰਗਾ ਕੰਮ ਤੇ ਜਾਵਾ ਮੈਂ, ਲੇਟ ਹੋਣ ਡਿਆ, ਸ਼ਾਮ ਨੂੰ ਕਰੂੰਗਾ ਮੰਮੀ ਦੇ ਨਾਲ ਗੱਲ ਕੋਈ ਨਾ। ਭਾਬੀ ਜੀ ਆ ਚੂੜੀਆਂ ਟੁੱਟ ਗਈਆਂ ਵਿੱਚੋਂ? ਹਾਂ ਕਮਲ ਸਵੇਰੇ ਟੁੱਟੀਆਂ ਹੀ, ਅੱਜ ਦੋਵੇਂ ਵੱਡੇ ਕੜੇ ਟੁੱਟ ਗਏ ਆ। ਮੇਰਾ ਤੇ ਇਰਾਦਾ ਬਣ ਰਿਹਾ ਇਹਨਾਂ ਨੂੰ ਨਾ ਲਾ ਹੀ ਦਵਾਂ ਮੈਂ, ਆਟਾ ਉੱਟਾ ਹੁਣ ਲੱਗਿਆ ਵਿੱਚ ਫਸ ਜਾਂਦਾ ਆਟਾ ਚੂੜੀਆਂ ਦੇ। ਚੱਲ ਕੋਈ ਗੱਲ ਨੀ ਭਾਬੀ, ਮੰਮੀ ਨੂੰ ਆ ਲੈਂਦਾ ਫਿਰ, ਮੰਮੀ ਨੂੰ ਪੁੱਛ ਕੇ ਨਾ ਵਧਾ ਦਿੰਦੇ ਚੂੜਾ, ਫਿਰ ਇਹ ਨਾ ਹੋਵੇ ਮੰਮੀ ਗੁੱਸੇ ਹੋਣ, ਤੁਹਾਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ। ਆਹੋ ਇਹ ਤਾਂ ਮੈਨੂੰ ਪਤਾ ਹੀ ਹੈ। ਮੰਮੀ ਨੂੰ ਆ ਲੈਂਦੋ ਫਿਰ ਵਧਾ ਦਿੰਦੇ ਆ। ਚੱਲ ਠੀਕ ਆ, ਕਰ ਲਿਆ ਸਾਰਾ ਕੰਮ ਰਸੋਈ ਦਾ, ਕੋਈ ਰਹਿ ਤਾਂ ਨਹੀਂ ਗਿਆ ਕੰਮ? ਹਾਂ ਹਾਂ ਭਾਬੀ ਮੈਂ ਕਰ ਆਈ ਸਾਰਾ ਰਸੋਈ ਦਾ ਕੰਮ। ਚੱਲ ਠੀਕ ਆ, ਆ ਫੋਨ ਮੰਮੀ ਦਾ ਨਾ ਚਾਰਜ ਲਾ ਦੇ, ਜਿੱਥੇ ਚੁੱਕਿਆ ਸੀ ਉੱਥੇ ਲਾ ਦੇ।